ਜੀ ਮੈਨੂੰ ਕਿਰਨ ਮੈਡਮ ਕਹਿੰਦੇ ਨੇ ਵੀ ਤੂੰ ਚੂੜੀਆਂ ਦੀ ਕੁੜੀਆਂ, ਤੂੰ ਪਹਿਲੇ ਬੈਂਚ ਤੇ ਬੈਠ ਕੇ ਕੀ ਕਰਨਾ, ਪਿੱਛੇ ਬੈਠ ਜਾ। ਭਾਰਤ ਨੂੰ ਆਜ਼ਾਦ ਹੋਏ ਭਾਵੇਂ 70 ਸਾਲ ਹੋ ਗਏ ਨੇ, ਪਰ ਅੱਜ ਵੀ ਜਾਤ ਪਾਤ ਨੂੰ ਲੈ ਕੇ ਵਿਤਕਰਾ ਕੀਤਾ ਜਾਂਦਾ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਨਾਭਾ ਬਲਾਕ ਦੇ ਪਿੰਡ ਟੋੜਾ ਦੀ। ਇਹ ਉਹੀ ਪਿੰਡ ਹੈ ਜਿੱਥੋਂ ਪੰਥ ਰਤਨ ਗੁਰਚਰਨ ਸਿੰਘ ਟੋੜਾ ਨੇ ਸਿੱਖ ਜਗਤ ਦੀ ਅਗਵਾਈ ਕੀਤੀ ਸੀ। ਪਰ ਹੁਣ ਇਸ ਪਿੰਡ ਦੀ ਦਲਿਤ ਵਿਦਿਆਰਥਣ ਵੀਰਪਾਲ ਕੌਰ ਨੂੰ ਜਾਤ ਪਾਤ ਦਾ ਵਿਤਕਰਾ ਸਹਿਣਾ ਪੈ ਰਿਹਾ। ਵੀਰਪਾਲ ਕੌਰ ਪਿੰਡ ਦੇ ਸਰਕਾਰੀ ਸਕੂਲ ਦੀ 11ਵੀਂ ਜਮਾਤ ਵਿੱਚ ਪੜ੍ਹਦੀ ਹੈ। ਵੀਰਪਾਲ ਨੂੰ ਸਕੂਲ ਦੀਆਂ 3 ਅਧਿਆਪਕਾਂ ਜਾਤੀ ਸ਼ਬਦ ਵਰਤ ਕੇ ਜ਼ਲੀਲ ਕਰ ਰਹੀਆਂ ਨੇ। ਜ਼ਲਾਲਤ ਦੀਆਂ ਹੱਦਾਂ ਪਾਰ ਕਰਦਿਆਂ ਵੀਰਪਾਲ ਕੌਰ ਨੂੰ ਸਕੂਲ ਵਿੱਚ ਅਖੀਰਲੇ ਬੈਂਚ ਤੇ ਬੈਠਣ ਲਈ ਮਜਬੂਰ ਕੀਤਾ ਜਾਂਦਾ। ਹਾਂਜੀ, ਇਹਨਾਂ ਨੇ ਪ੍ਰਿੰਸੀਪਲ ਮੈਨੂੰ ਕਲਰਕ ਥੱਪੜ ਮਾਰ ਕੇ ਕਹਿੰਦੇ ਤੂੰ ਕਰ ਲੈ ਕੀ ਕਰਨਾ, ਵੀ ਜਿੱਥੇ ਤੈਨੇ ਜਾਣਾ ਵਗ ਜਾ ਜੀ। ਫਿਰ ਉਹ ਤੋਂ ਬਾਅਦ ਜੀ ਮੈਨੂੰ ਇਹ ਕੁੱਟੀ ਗਿਆ ਲਗਾਤਾਰ। ਮੇਰੇ ਪਾਪਾ ਨੇ ਵੀ ਫਿਰ ਉਹਨਾਂ ਨੇ ਥੱਪੜ ਮਾਰੀ, ਜਦੋਂ ਮੇਰੇ ਥੱਪੜ ਮਾਰ ਲਏ ਲਗਾਤਾਰ ਉਹਨਾਂ ਨੇ ਮੁੰਡਿਆਂ ਨੂੰ ਵੀ ਲਾ ਲਿਆ ਸੀਗਾ ਜੀ ਨਾਲ ਜੀ। ਮੈਡਮ ਨੇ ਜਿਹੜੀ ਕਿਰਨਜੀਤ ਮੈਡਮ, ਇੱਕ ਪਰਮਜੀਤ ਤੇ ਨਰਿੰਦਰ ਮੈਡਮ ਜੀ, ਇਹ ਮੈਨੂੰ ਜਾਤ ਦੇ ਧਰਤੀ ਚੂੜੀ ਚੂੜੀ ਕਹਿ ਕੇ ਹੀ ਤੰਗ ਕਰਦੇ ਨੇ ਕਿ ਤੈਨੂੰ ਕੀ ਪੜ੍ਹਨ ਦਾ ਹੱਕ ਆਈ, ਵੀ ਤੂੰ ਚੂੜੀਆਂ ਦੀ ਕੁੜੀਆਂ, ਤੈਨੂੰ ਇੰਨੇ ਨੰਬਰ ਲੈਣ ਦੀ ਕੋਈ ਉਹ ਨਹੀਂ ਹੈਗੀ ਜੀ। ਮੈਨੂੰ ਐਵੇਂ ਤੰਗ ਕਰਦੇ ਨੇ, ਮੈਨੂੰ ਇਹ ਨਰਿੰਦਰ ਮੈਡਮ ਕੰਪਿਊਟਰ ਵਾਲੀ ਬਹਿਨਾਂ ਨੇ ਪ੍ਰੈਕਟੀਕਲ 2 ਕੁੜੀਆਂ ਨੂੰ ਬੁਲਾ ਕੇ ਲੈਬ 'ਚ ਵੀ ਪ੍ਰੈਕਟੀਕਲ, ਬਾਕੀ ਨੂੰ ਦੱਸ ਦਿਓ ਮੈਨੂੰ ਨਾ ਪ੍ਰੈਕਟੀਕਲ ਦੱਸਿਓ ਜੀ। ਮੈਂ ਕਿਹਾ ਮੈਡਮ ਮੈਂ ਆਪ ਲੈਬ 'ਚ ਚਲੀ ਗਈ। ਮੈਂ ਕਿਹਾ ਮੈਡਮ ਪ੍ਰੈਕਟੀਕਲ 'ਚ ਕੀ ਆਊਗਾ ਜੀ, ਬੋਲੇ ਨਹੀਂ ਹੈਗੇ ਜੀ। ਕਹਿੰਦੇ ਇਕੱਲਾ ਟਾਈਪਿੰਗ ਆਊ ਜੀ ਬਹੁਤ ਬੁਲਾਉਣ ਤੋਂ ਬਾਅਦ। ਕਹਿੰਦੇ ਜੀ ਦੂਜੇ ਦਿਨ ਜੀ ਮੇਰੇ ਹੱਥ 'ਚ ਹਾਲ 'ਚ ਬੁਲਾ ਕੇ ਪ੍ਰੈਕਟੀਕਲ ਪੇਪਰ ਬਣਾ ਦਈ। ਮੈਂ ਕਿਹਾ ਮੈਡਮ ਆ ਕੀ ਕਰੇ ਵੀ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਹੈਗਾ ਜੀ ਵੀ ਪ੍ਰੈਕਟੀਕਲ ਹੋਊਗਾ ਲਿਖਤੀ ਤੌਰ 'ਤੇ ਜੀ। ਇਹ ਕਹਿੰਦੇ ਮੈਡਮ ਮੈਂ ਹੀ ਫਿਰ ਸਰ ਕੋਲ ਗਈ, ਸਾਡੇ ਇੰਚਾਰਜ ਸਰ ਕੋਲ ਵੀ, ਸਰ ਦੇਖਿਓ ਜੀ ਮੈਡਮ ਨੇ ਐਵੇਂ ਕਰੇ ਜੀ ਮੇਰੇ ਨਾਲ ਜੀ। ਫਿਰ ਜੀ ਸਰ ਕਹਿੰਦੇ ਤੂੰ ਪ੍ਰਿੰਸੀਪਲ ਸਰ ਕੋਲ ਜਾ। ਮੈਂ ਪ੍ਰਿੰਸੀਪਲ ਸਰ ਕੋਲ ਗਈ, ਸਰ ਨੇ ਮੈਡਮ ਨੂੰ ਬੁਲਾਇਆ ਜੀ। ਮੈਡਮ ਮੈਨੂੰ ਹੀ ਥੱਪੜ ਮਾਰ ਰਹੇ ਨੇ, ਉਹ ਸਰ ਦੇ ਸਾਹਮਣੇ ਹੀ ਮੈਨੂੰ ਦਬਕਾ ਰਹੇ ਨੇ, ਮੈਨੂੰ ਬੋਲ ਰਹੇ ਨਹੀਂ ਪੁੱਟਾ ਸਿੱਧਾ ਵੀ ਹਾਂ ਤੂੰ ਕਰਨਾ ਕੀ ਆ ਪ੍ਰੈਕਟੀਕਲ ਕਰਕੇ ਜੀ। ਸਰ ਨੇ ਕੁਛ ਵੀ ਨਹੀਂ ਕਿਹਾ ਹੈਗਾ ਜੀ ਉਹਨਾਂ ਨੂੰ, ਦੁਬਾਰਾ ਹੀ ਮੈਨੂੰ ਇਹ ਤੰਗ ਕਰ ਰਹੇ ਨੇ, ਮੈਨੂੰ ਬੋਲਦੇ ਰਹਿੰਦੇ ਨੇ, ਐਵੇਂ ਚੂੜੀ ਚੂੜੀ ਕਹਿੰਦੇ ਨੇ ਸਾਰੇ। ਪ੍ਰਿੰਸੀਪਲ ਸਰ ਵੀ ਨਹੀਂ ਕੋਈ ਕਾਰਵਾਈ ਕਰਦੇ ਜੀ, ਮੇਰੇ ਪੇਪਰ ਜੀ, ਮੇਰਾ ਪ੍ਰੈਕਟੀਕਲ ਖਰਾਬ ਹੋ ਗਿਆ ਜੀ। ਹਾਂਜੀ ਆਪ ਕਹਿ ਰਹੇ ਨੇ, ਇੱਕ ਸ਼੍ਰੀਮਤੀ ਕਿਰਨਜੀਤ ਕੌਰ ਜੀ, ਪਰਮਜੀਤ ਕੌਰ ਤੇ ਨਰਿੰਦਰ ਮੈਡਮ ਜੀ। ਮੈਨੂੰ ਕਿਰਨ ਮੈਡਮ ਕਹਿੰਦੇ ਨੇ ਵੀ ਤੂੰ ਚੂੜੀਆਂ ਦੀ ਕੁੜੀਆਂ, ਤੂੰ ਪਹਿਲੇ ਬੈਂਚ ਤੇ ਬੈਠ ਕੇ ਕੀ ਕਰਨਾ, ਪਿੱਛੇ ਬੈਠ ਜਾ। ਵੀਰਪਾਲ ਕੌਰ ਹਰ ਸਾਲ ਪਹਿਲੀ ਪੋਜੀਸ਼ਨ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕਰਦੀ ਹੈ, ਪਰ ਆਪਣੀ ਇਸ ਹੋਣਹਾਰ ਵਿਦਿਆਰਥਣ ਦੇ ਪ੍ਰਤੀ ਅਧਿਆਪਕ ਆਪਣਾ ਫਰਜ਼ ਭੁੱਲ ਗਏ ਜਾਪਦੇ ਨੇ। ਪੀੜਿਤ ਵਿਦਿਆਰਥਣ ਦੇ ਮੁਤਾਬਕ ਇਹ ਸਿਲਸਿਲਾ ਕੋਈ ਨਵਾਂ ਨਹੀਂ। ਪਿਛਲੇ ਸਾਲ ਕਲਰਕ ਦੇ ਰਿਸ਼ਤੇਦਾਰ ਨੂੰ ਨਕਲ ਨਾ ਕਰਵਾਉਣ ਦੇ ਬਦਲੇ ਉਸ ਦੀ ਕੁੱਟਮਾਰ ਕੀਤੀ ਗਈ ਸੀ। ਇਹ ਵੀਡੀਓ ਜੋ ਸਕਰੀਨ ਤੇ ਤੁਸੀਂ ਵੇਖ ਰਹੇ ਹੋ, ਇਸ ਵਿੱਚ ਵਿਖਾਈ ਦੇ ਰਹੀ ਲੜਕੀ ਵੀਰਪਾਲ ਕੌਰ ਹੈ, ਜਿਸ ਦੇ ਨਾਲ ਸ਼ਰੇਆਮ ਕੁੱਟਮਾਰ ਕੀਤੀ ਜਾ ਰਹੀ ਹੈ। ਉਸ ਵੇਲੇ ਮਾਮਲਾ ਠੰਡੇ ਬਸਤੇ ਵਿੱਚ ਪੈ ਗਿਆ, ਪਰ ਵਿਤਕਰਾ ਜਿਵੇਂ ਦਾ ਤਿਵੇਂ ਰਿਹਾ। ਕਲਾਸ ਚੋਂ ਪਹਿਲੇ ਨੰਬਰ ਤੇ ਆਉਂਦੀ ਹੈ ਜੀ। ਹਾਂਜੀ ਹਾਂਜੀ, ਨਾਮ ਵੀ ਨੀ ਹੈਗਾ ਜੀ, ਬਾਕੀਆਂ ਦਾ ਹੈਗਾ ਜੀ। ਦੇਖ ਲਓ ਜੀ ਤੁਸੀਂ, ਸਮਝੌਤੇ ਤੋਂ ਬਾਅਦ ਵੀ ਜੇ ਜੀ ਇਹ ਮੈਨੂੰ ਉਹ ਮੰਨਦੇ ਹੁੰਦੇ ਜੀ, ਸਾਰਿਆਂ ਨੂੰ ਸਨਮਾਨਿਤ ਕੀਤਾ ਜੀ, ਇਹਨਾਂ ਨੇ ਮੈਨੂੰ ਨੀ ਕੀਤਾ ਹੈਗਾ ਜੀ, ਇਕੱਲਾ ਸਨਮਾਨਿਤ ਜੀ। ਤੁਸੀਂ ਬੋਰਡ ਤੇ ਹੀ ਚਾਹੇ ਦੇਖ ਵੀ ਸਕਦੇ ਹੋ, ਉੱਥੇ ਬੋਰਡ ਤੇ ਮੇਰਾ ਨਾਮ ਵੀ ਨੀ ਹੈਗਾ ਜੀ। ਇਹਨਾਂ ਨੇ ਬੋਰਡ ਤੇ ਮੇਰੇ ਨਾਲੇ ਹੀ ਉਹ ਹੋ ਗਿਆ ਸੀ ਵੀ ਹਾਂ ਇਹਨੇ ਨਕਲੀ ਮਾਰੀ, ਇਹਨਾਂ ਨੇ ਲਿਖਤੀ ਤੌਰ ਤੇ ਵੀ ਦਿੱਤਾ ਵੀ ਹੋਇਆ ਜੀ ਪੁਲਿਸ ਦੇ ਸਾਹਮਣੇ ਵੀ ਇਹਨੇ ਕੋਈ ਨਾ ਗਿਆ। ਉਹ ਤੋਂ ਬਾਅਦ ਵੀ ਇਹਨਾਂ ਨੇ ਮੇਰਾ ਕੋਈ ਉਹ ਨਹੀਂ ਕੀਤਾ ਜੀ, ਉੱਤੋਂ ਮੈਨੂੰ ਇਹਨਾਂ ਨੇ ਜਲੀਲ ਕਰਿਆ ਪਈ, ਮੈਨੇ ਕਿ ਕੋਈ ਗਲਤੀ ਕਰੀ ਹੈ ਜੀ ਇੰਨੇ ਨੰਬਰ ਲੈ ਕੇ ਜੀ। ਸਕੂਲ ਪ੍ਰਬੰਧਕਾਂ ਦੀ ਨੱਕ ਥੱਲੇ ਹੋ ਰਹੇ ਜਾਤ ਪਾਤ ਦੇ ਵਿਤਕਰਿਆਂ ਤੋਂ ਸਕੂਲ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਨਜ਼ਰ ਆ ਰਿਹਾ। ਜਦੋਂ ਪ੍ਰਿੰਸੀਪਲ ਤੋਂ ਮੀਡੀਆ ਨੇ ਸਵਾਲ ਪੁੱਛੇ ਤਾਂ ਉਹ ਪੱਲਾ ਝਾੜਦੇ ਨਜ਼ਰ ਆਏ। ਕੋਈ ਨਹੀਂ, ਕਿਸੇ ਨੇ ਕੋਈ ਗੱਲ ਕੀਤੀ,
ਮੈਂ 2 ਸਾਲ ਤੋਂ ਮੈਨੂੰ ਲਿਖਣਾ ਜੇ ਇਸ ਸਾਲ ਤੋਂ ਲਿਖਣਾ ਜੇ 2 ਸਾਲ ਸਨਮਾਨ ਤੇ ਕੀਤਾ ਗਿਆ ਤੁਸੀਂ ਹੈ ਸਨਮਾਨ ਕੀਤਾ ਸਕੂਲ ਚ ਤੇ ਫਸਟ ਆਏ ਦਾ ਜੀ ਅਸੀਂ 26 ਜਨਵਰੀ ਨੂੰ ਸਨਮਾਨ ਕਰਦੇ ਹੁੰਦੇ ਆ ਅੱਛਾ 26 ਜਨਵਰੀ ਨੂੰ ਕਰਨਾ ਅੱਛਾ ਹਾਂ ਇਹ ਸਾਰੇ ਜਿਹਨੇ ਸਨਮਾਨ ਹੋਏ ਸਾਲ ਦੇ ਪੂਰੇ ਨਹੀਂ ਉਹ ਮੈਡਮਾਂ ਦਾ ਨਾਮ ਲੈ ਰਹੇ ਨੇ 2-3 ਦਾ ਨਹੀਂ ਇਹੋ ਜਿਹਾ ਕੋਈ ਮਾਮਲਾ ਐਸਸੀ ਕਮਿਸ਼ਨ ਦੇ ਧਿਆਨ ਵਿੱਚ ਪਹੁੰਚਿਆ ਤਾਂ ਕਮਿਸ਼ਨ ਨੇ ਆਪਣੇ ਪੱਧਰ ਤੇ ਜਾਂਚ ਕਰਨ ਦੇ ਲਈ ਡੀਓ ਨੂੰ ਭੇਜਿਆ ਰਿਪੋਰਟ ਮੰਗੀ ਗਈ ਕਿ ਆਖਿਰਕਾਰ ਦਲਿਤ ਵਿਦਿਆਰਥਣ ਨੂੰ ਜ਼ਲੀਲ ਕਿਉਂ ਕੀਤਾ ਜਾ ਰਿਹਾ ਦੇਖੋ ਇਹ ਪਰਸੋਂ ਹੀ ਸਾਡੇ ਧਿਆਨ ਵਿੱਚ ਆਇਆ ਹੈਗਾ ਸ਼ਾਮ ਨੂੰ ਤੇ ਅੱਜ ਇੱਥੇ ਅਸੀਂ ਸਕੂਲ 'ਚ ਪਹੁੰਚੇ ਹਾਂ ਅਸੀਂ ਇਨਕੁਆਇਰੀ ਕਰਨ ਲੱਗੇ ਹੋਏ ਹਾਂ ਸਟਾਫ ਦੇ ਬੱਚਿਆਂ ਦੇ ਬਿਆਨ ਲੈ ਲਏ ਹਾਂ ਅਸੀਂ ਲਿਖਤੀ ਵੀ ਲਏ ਹੈ ਅਤੇ ਜ਼ਬਾਨੀ ਵੀ ਸੁਣਿਆ ਰਿਪੋਰਟ ਅਸੀਂ ਤਿਆਰ ਕਰਾਂਗੇ ਅਤੇ ਵਿਭਾਗ ਅੱਗੇ ਪੇਸ਼ ਕੀਤੀ ਜਾਏਗੀ ਹਾਂ ਵਿਭਾਗ ਜਿਹੜਾ ਦੋਸ਼ੀ ਪਾਇਆ ਜਾਂਦਾ ਵਿਭਾਗ ਬਣਦੀ ਕਾਰਵਾਈ ਜ਼ਰੂਰ ਕਰੇਗਾ ਉਮੀਦ ਹੈ ਸਾਨੂੰ ਵਿਭਾਗ ਤੋਂ ਆਪਣੀ ਹੋਣਹਾਰ ਧੀ ਦੇ ਨਾਲ ਹੋ ਰਹੇ ਪੱਖਪਾਤ ਤੇ ਮਾਪੇ ਵੀ ਚਿੰਤਾ ਵਿੱਚ ਨੇ ਵੀਰਪਾਲ ਕੌਰ ਦੇ ਮਾਪਿਆਂ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ ਮਾਮਲੇ ਵਿੱਚ ਸਿਆਸਤ ਵੀ ਗਰਮਾਈ ਹੋਈ ਹੈ ਯੂਪੀ ਵਿੱਚ ਵਿਧਾਨ ਪ੍ਰੀਸ਼ਦ ਅਪਰ ਹਾਊਸ ਦੇ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਉਚੇਚੇ ਤੌਰ ਤੇ ਵੀਰਪਾਲ ਕੌਰ ਨੂੰ ਮਿਲਣ ਲਈ ਸਾਹੀਵਾਲ ਪਹੁੰਚੇ ਰਾਮੂਵਾਲੀਆ ਨੇ ਜਿੱਥੇ ਪੂਰੇ ਮਾਮਲੇ ਦੀ ਨਿਖੇਧੀ ਕੀਤੀ ਹੈ ਉੱਥੇ ਨਾਲ ਹੀ ਵੀਰਪਾਲ ਕੌਰ ਨੂੰ ਮੁਫ਼ਤ ਨਰਸਿੰਗ ਕੋਰਸ ਕਰਵਾਉਣ ਦਾ ਐਲਾਨ ਵੀ ਕੀਤਾ ਇਹ ਕਿੱਡੀ ਕਿੱਡੀ ਵੱਡੀ ਘਟਨਾ ਚਾਹੀਦਾ ਤਾਂ ਇਹ ਸੀ ਵੀ ਜੇ ਦੂਜਿਆਂ ਦੇ ਨਾਮ ਕਾਲੇ ਅੱਖਰਾਂ 'ਚ ਹੈ ਤੇ ਇਹਦਾ ਦੁੱਧ ਰੰਗੇ ਅੱਖਰਾਂ 'ਚ ਲਿਖਦੇ ਵੀ ਇੱਕ ਗਰੀਬ ਘਰ ਦੀ ਧੀ ਜਿਹੜੀ ਉਹ ਕਿੰਨੀ ਤਰੱਕੀ ਕਰ ਗਈ ਕਿ ਨਾਸਾ ਵਿੱਚ ਜੇ ਕੋਈ ਭਾਰਤ ਦੀ ਬੱਚੀ ਗਈ ਹੈ ਆਕਾਸ਼ ਮੰਡਲ ਵਿੱਚ ਤਾਂ ਉਹਦਾ ਕਿੰਨਾ ਦੁਨੀਆਂ 'ਚ ਨਾਂ ਹੋਇਆ ਜਿਹੜੇ ਕੋਈ ਸਿਰ ਕੱਢ ਬੱਚੇ ਆ ਤੁਸੀਂ ਹੌਸਲਾ ਦੇਣ ਦੀ ਥਾਂ ਐਂ ਤਾਂ ਫਿਰ ਗੁਰੂ ਗੋਬਿੰਦ ਸਿੰਘ ਭਾਈ ਜੈਤੇ ਨੂੰ ਗਲਵੱਕੜੀ ਨਾ ਪਾਉਂਦੇ ਜੇ ਪ੍ਰਿੰਸੀਪਲ ਦੀ ਗੱਲ ਸੁਣ ਲੈਂਦੇ ਉਹਨਾਂ ਨੇ ਸੋਢੀ ਤੋਂ ਵੱਡੇ ਵੱਡੇ ਬੇਦੀ ਅਤੇ ਕਿਸਾਨਾਂ 'ਚੋਂ ਵੱਡੀਆਂ ਵੱਡੀਆਂ ਬਰਾਦਰੀਆਂ ਖੜੀਆਂ ਸੀ ਉਹਨਾਂ ਨੇ ਭਾਈ ਜੈਤੇ ਨੂੰ ਆਪਣੇ ਪਿਤਾ ਦਾ ਸਿਰ ਲਿਆਉਣ ਵਾਲੇ ਨੂੰ ਬੁੱਕਲ 'ਚ ਲੈ ਲਿਆ ਇਸ ਲਈ ਇਹ ਗਲਤ ਹੈ ਪ੍ਰਿੰਸੀਪਲ ਯਾਦ ਕਰਾਇਆ ਮੈਂ ਘੋਸ਼ਣਾ ਕਰਦਾ ਵੀ ਮੇਰਾ ਇੱਕ ਮੈਡੀਕਲ ਕਾਲਜ ਹੈ ਕਿਸ਼ਨਗੰਜ ਬਿਹਾਰ 'ਚ ਮੈਂ ਐਲਾਨ ਕਰਦਾ ਵੀ ਵੀਰਪਾਲ ਕੌਰ ਜਦੋਂ ਐਲੀਜੀਬਲ ਹੋ ਜੇ ਕਿ ਉਹ ਨਰਸਿੰਗ ਦਾ ਕੋਰਸ ਕਰ ਸਕੇ ਮੇਰੀ ਮਾਤਾ ਦੇ ਨਾਂ 'ਤੇ ਕਾਲਜ ਹੈ ਮਾਤਾ ਗੁਜਰੀ ਦੇ ਨਾਂ 'ਤੇ ਹੈ ਪਰ ਉਹ ਨਰਸਿੰਗ ਹਿੱਸਾ ਮੇਰੀ ਮਾਤਾ ਦੇ ਨਾਂ 'ਤੇ ਹੈ ਦਲਜੀਤ ਕੌਰ ਮਾਤਾ ਮੇਰੀ ਤਾਂ ਮੈਂ ਐਲਾਨ ਕਰਦਾ ਵੀ ਬੱਚੀ ਨੂੰ ਨਰਸਿੰਗ ਦਾ ਕੋਰਸ 3 ਸਾਲ ਦਾ 2 ਸਾਲ ਦਾ ਜਿਹੜਾ ਉਹ ਫਰੀ ਕਰਾਵਾਂਗੇ ਹੋਸਟਲ ਦਾ ਕੋਈ ਖਰਚ ਨਹੀਂ ਹੋਊਗਾ ਬੀਬਾ ਦਾ ਵੀਰਪਾਲ ਕੌਰ ਦਾ ਅਤੇ ਜਿਹੜਾ ਖਾਣੇ ਦਾ ਉਹ ਵੀ ਕੋਈ ਪੈਸਾ ਨਹੀਂ ਲੱਗੂਗਾ ਉਹ ਫਰੀ ਉੱਥੇ ਪੜ੍ਹੇਗੀ ਅਤੇ ਪੜ੍ਹਨ ਤੋਂ ਬਾਅਦ ਉੱਥੇ ਹੀ ਉਹਨੂੰ 25,000 ਰੁਪਇਆ ਮਹੀਨੇ ਦੀ ਉੱਥੇ ਹੀ ਨੌਕਰੀ ਦੇ ਦਿਆਂਗੇ ਸੀਨੀਅਰ ਅਕਾਲੀ ਲੀਡਰ ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਵੀ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਪੀੜਤ ਨੂੰ ਮਦਦ ਦੇਣ ਦਾ ਭਰੋਸਾ ਦਿੱਤਾ ਜੋ ਵੀ ਕਿਸੇ ਨਾਲ ਜਾਤੀ ਹੋਈ ਹੈ ਉਹਦੇ ਲਈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੈ ਔਰ ਹਮੇਸ਼ਾ ਮਦਦ ਕਰਨ ਦੇ ਲਈ ਤਿਆਰ ਹੈ ਅਸੀਂ ਵੀ ਪਤਾ ਕਰਾਂਗੇ ਕੀ ਗੱਲ ਹੈ ਜੇ ਕੋਈ ਜਾਤੀ ਹੋਊਗੀ ਉੱਥੇ ਅਸੀਂ ਨਿਆਂ ਦਵਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਆਪਣੇ ਕਿੰਨੀ ਮਦਦ ਕਰਨ ਦੀ ਗੱਲ ਹੋਈ ਆਪ ਵੀ ਮਦਦ ਕਰਾਂਗੇ ਬਹੁਤ ਮਾੜਾ ਜੀ ਇੱਦੋਂ ਮਾੜੀ ਗੱਲ ਕੋਈ ਹੋ ਹੀ ਨਹੀਂ ਸਕਦੀ ਦੇਖੋ ਕਿਸੇ ਦੇ ਲਈ ਐਡੇ ਬੜੇ ਪਿੰਡ ਦੇ ਵਿੱਚ ਐਡੇ ਬੜੇ ਜਿੱਥੇ ਪੰਥ ਜਥੇਦਾਰ ਗੁਰਚਰਨ ਸਿੰਘ ਟੌੜਾ ਵਰਗੇ ਬੰਦੇ ਪੈਦਾ ਹੋਏ ਹੁਣ ਉੱਥੇ ਇਹੀ ਜਿਹੀ ਗੱਲ ਹੋਵੇ ਤਾਂ ਮੈਂ ਕਹਿੰਦਾ ਵੀ ਇੱਦੋਂ ਨਿੰਦਣਯੋਗ ਗੱਲ ਕੋਈ ਨਹੀਂ ਬਾਅਦ ਕਮੇਟੀ ਨੂੰ ਕਹਿੰਦੇ ਵੀ ਤੂੰ ਆਪਣੇ ਅਧਿਕਾਰ ਜਾਤ ਦੀ ਕੁੜੀ ਹੈ ਵੀ ਪਿਛਾਂ ਬੈਠਿਆ ਕਰ ਇਹ ਜਾ ਕੇ ਮੈਨੂੰ ਘਰ ਦੱਸੇ ਕੁੜੀ ਨੇ ਅਸੀਂ ਪ੍ਰਿੰਸੀਪਲ ਨੂੰ ਪੁੱਛਿਆ ਜੀ ਉਹ ਕਹਿੰਦੇ ਤਾਂ ਇੱਦਾਂ ਹੀ ਹੋਊਗਾ ਜਿਵੇਂ ਹੋਊਗਾ ਪੜ੍ਹਨਾ ਪੜ੍ਹਨ ਇੰਨਾ ਸਹੀ ਜੀ ਪਿੰਡ ਦੇ ਵਿੱਚ ਜਾ ਕੇ ਜੀ ਪ੍ਰਿੰਸੀਪਲ ਸਾਹਿਬ ਜੀ ਨੇ ਕਲਰਕ ਨੇ ਕਿਹਾ ਵੀ ਦੇਖੋ ਇਹਨੂੰ ਪਾਣੀ ਭਰ ਲੈਣਾ ਜੀ ਅਤੇ ਸਾਡਾ ਸਰਪੰਚ ਸਰੀਰ ਸਿੰਘ ਨੇ ਪਾਣੀ ਭਰਵਾਇਆ ਜੀ
ਵੀ ਸਾਡੇ ਤੋਂ ਭਰ ਕੇ ਜਾਪ ਛੱਡ ਕੇ ਜਾਂਦੇ ਰਹੇ ਨੇ ਜੀ। ਹੁੰਦੀ ਹੈ ਜੀ ਵੀ ਮੇਰੀ ਬੱਚੀ ਨੂੰ ਇਨਸਾਫ਼ ਮਿਲਣਾ ਚਾਹੀਦਾ ਜੀ, ਵੀ ਜੋ ਇਹ ਕਰ ਰਹੇ ਨੇ ਗਲਤ ਕਰ ਰਹੇ ਨੇ ਜੀ, ਇਹ ਸਹੀ ਨਹੀਂ ਕਰ ਰਹੇ। ਜਾਤ ਦੀ ਵੀ ਉਹ ਕਰਦੇ ਨੇ ਵੀ ਪਿੱਛੇ ਬੈਠ ਤੂੰ, ਸਾਰੇ ਬੱਚਿਆਂ ਨੂੰ ਜੀ ਮੂਹਰੇ ਬਿਠਾਉਂਦੇ ਨੇ, ਮੇਰੀ ਬੱਚੀ ਨੂੰ ਜੀ ਪਿੱਛੇ ਕੱਢਦੇ ਨੇ। ਡੀ ਓ ਸਾਹਿਬ ਆਏ ਨੇ ਜੀ, ਅਫਸਰ ਆਏ ਨੇ, ਐਂ ਕਹਿੰਦੇ ਨੇ ਵੀ ਸਮਝੌਤਾ ਕਰ ਲਓ ਵੀ ਤੁਹਾਡੀ ਬੱਚੀ ਦੀ ਜ਼ਿੰਦਗੀ ਦਾ ਫੈਸਲਾ, ਵੀ ਬੱਚੀ ਵਧੀਆ ਪੜ੍ਹਦੀ ਆ, ਵੀ ਹੁਣ ਸਮਝੌਤਾ ਕਰੋ ਜੀ ਇਹਨਾਂ ਨਾਲ। ਅਸੀਂ ਸਮਝੌਤਾ ਜੀ, ਸਾਡੀ ਬੱਚੀ ਨੂੰ ਇਨਸਾਫ਼ ਮਿਲਣਾ ਚਾਹੀਦਾ ਜੀ। ਮਾਮਲਾ ਮੀਡੀਆ ਵਿੱਚ ਹਾਈਲਾਈਟ ਹੋਣ ਤੋਂ ਬਾਅਦ ਜਿੱਥੇ ਸਕੂਲ ਪ੍ਰਸ਼ਾਸਨ ਤੇ ਸਵਾਲ ਉੱਠ ਰਹੇ ਨੇ, ਉੱਥੇ ਅਧਿਆਪਕਾਂ ਦੀ ਸੋਚ ਨੂੰ ਵੀ ਮੰਦਭਾਗਾ ਕਰਾਰ ਦਿੱਤਾ ਜਾ ਰਿਹਾ। ਇੱਕ ਪਾਸੇ ਤਾਂ ਕੁੜੀਆਂ ਨੂੰ ਵਿੱਦਿਆ ਦਾ ਦਾਨ ਦੇਣ ਦੀਆਂ ਗੱਲਾਂ ਹੁੰਦੀਆਂ ਨੇ, ਤੇ ਦੂਜੇ ਪਾਸੇ ਜਾਤ ਪਾਤ ਦੇ ਮਸਲੇ ਤੇ ਉਲਝਿਆ ਸਮਾਜ ਆਪਣੀ ਸੋਚ ਦੇ ਨਾਲ ਕਲੰਕਿਤ ਹੁੰਦਾ ਜਾ ਰਿਹਾ। ਲੋੜ ਹੈ ਹੋਰ ਵਧੇਰੇ ਜਾਗਰੂਕ ਹੋਣ ਦੀ, ਤਾਂ ਜੋ ਜਾਤ ਪਾਤ ਦੀਆਂ ਜੜ੍ਹਾਂ ਨੂੰ ਪੁੱਟ ਦਿੱਤਾ ਜਾਵੇ। ਜੀ ਫਿਰ ਉਹ ਤੋਂ ਬਾਅਦ ਜੀ ਮੈਨੂੰ ਵੀ ਕੁੱਟੀ ਗਿਆ ਲਗਾਤਾਰ, ਮੇਰੇ ਪਾਪਾ ਨੇ ਵੀ ਫਿਰ ਉਹਨਾਂ ਦੇ ਥੱਪੜ ਮਾਰੇ, ਜਦੋਂ ਮੇਰੇ ਥੱਪੜ ਮਾਰ ਲਏ ਲਗਾਤਾਰ ਉਹਨਾਂ ਨੇ ਮੁੰਡਿਆਂ ਨੂੰ ਵੀ ਲਾ ਲਿਆ ਸੀਗਾ ਜੀ ਨਾਲ ਜੀ। ਮੈਡਮ ਨੇ ਜਿਹੜੀ ਕਿਰਨਜੀਤ ਮੈਡਮ, ਇੱਕ ਪਰਮਜੀਤ ਤੇ ਨਰਿੰਦਰ ਮੈਡਮ ਜੀ, ਮੈਨੂੰ ਜਾਤ ਦੇ ਦਿੱਤੇ, ਚੂੜੀ ਚੂੜੀ ਕਹਿ ਕੇ ਤੰਗ ਕਰਦੇ ਨੇ ਕਿ ਤੈਨੂੰ ਕੀ ਬਣਨ ਦਾ ਹੱਕ ਆਈ, ਵੀ ਤੂੰ ਚੂੜੀਆਂ ਦੀ ਕੁੜੀ, ਤੈਨੂੰ ਇੰਨੇ ਨੰਬਰ ਲੈਣ ਦੀ ਕੋਈ ਉਹ ਨਹੀਂ ਹੈਗੀ ਜੀ। ਮੈਨੂੰ ਐਵੇਂ ਤੰਗ ਕਰਦੇ ਨੇ, ਮੈਨੂੰ ਇਹ ਨਰਿੰਦਰ ਮੈਡਮ ਕੰਪਿਊਟਰ ਵਾਲੀ, ਇਹਨਾਂ ਨੇ ਪ੍ਰੈਕਟੀਕਲ ਦੋ ਕੁੜੀਆਂ ਨੂੰ ਬੁਲਾ ਕੇ ਲੈਬ 'ਚ ਵੀ ਪ੍ਰੈਕਟੀਕਲ, ਬਾਕੀ ਨੂੰ ਦੱਸ ਦਿਓ ਮੈਨੂੰ ਨਾ ਪ੍ਰੈਕਟੀਕਲ ਦੱਸੀ ਹੋਈ। ਮੈਂ ਦੂਜੇ ਮੈਂ ਕਿਹਾ ਮੈਡਮ ਮੈਂ ਆਪ ਲੈਬ 'ਚ ਚਲੀ ਗਈ, ਮੈਂ ਕਿਹਾ ਮੈਡਮ ਪ੍ਰੈਕਟੀਕਲ 'ਚ ਕੀ ਆਊਗਾ ਜੀ, ਬੋਲੇ ਨਹੀਂ ਹੈਗੇ ਜੀ, ਕਹਿੰਦੇ ਇਕੱਲਾ ਟਾਈਪਿੰਗ ਆਊ ਜੀ ਬਹੁਤ ਬੁਲਾਉਣ ਤੋਂ ਬਾਅਦ। ਕਹਿੰਦੇ ਜੀ ਦੂਜੇ ਦਿਨ ਜੀ ਮੇਰੇ ਹੱਥ 'ਚ ਹਾਲ 'ਚ ਬੁਲਾ ਕੇ ਉਹ ਪ੍ਰੈਕਟੀਕਲ ਪੇਪਰ ਫੜਾ ਦਈ। ਮੈਂ ਕਿਹਾ ਮੈਡਮ ਆ ਕੀ ਕਰੇ ਜੀ, ਵੀ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਹੈਗਾ ਜੀ, ਵੀ ਪ੍ਰੈਕਟੀਕਲ ਹੋਊਗਾ ਲਿਖਤੀ ਤੌਰ 'ਤੇ।